ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਬੱਚਿਓ ਅੱਜ ਆਪਾਂ ਸਰਦਾਰ ਗੁਰਬਖਸ਼ ਸਿੰਘ ਦਾ ਲਿਖਿਆ ਹੋਇਆ ਲੇਖ ਬੋਲੀ ਕਰਨ ਜਾ ਰਹੇ ਹਾਂ ਗੁਰਬਖਸ਼ ਸਿੰਘ ਤੋਂ ਪਹਿਲਾਂ ਪੌਥੀ ਪੰਜਾਬੀ ਵਾਰਤਕ ਕੇਵਲ ਧਾਰਮਿਕ ਵਿਸ਼ਿਆਂ ਤੇ ਲਿਖੀ ਜਾਂਦੀ ਸੀ ਤੇ ਇਹਨਾਂ ਨੇ ਪੰਜਾਬੀ ਵਾਰਤਕ ਦੇ ਘੇਰੇ ਨੂੰ ਵਿਸ਼ਾਲ ਕਰਕੇ ਸਮਾਜਿਕ ਨੈਤਿਕ ਤੇ ਜ਼ਿੰਦਗੀ ਦੀਆਂ अनेकाਆਂ ਸਮੱਸਿਆਵਾਂ ਆਂਦੇ ਵਿਸ਼ੇ ਚੁਣੇ ਤੇ ਉਹਨਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਪ੍ਰੀਤਨਗਰ ਵਸਾਇਆ ਤੇ ਉਸ ਸਮੇਂ ਤੋਂ ਲੈ ਕੇ ਅੰਤਮ ਸਵਾਸ ਤਿਆਗਨ ਤੱਕ ਪ੍ਰੀਤ ਲੜੀ ਦੁਆਰਾ ਪੰਜਾਬੀ ਬੋਲੀ ਦੀ ਸੇਵਾ ਵੀ ਕੀਤੀ ਹੈ ਇਸ ਰਚਨਾ ਦੇ ਵਿੱਚ ਵੀ ਲੇਖਕ ਨੇ ਮਨੋਖ ਦੇ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ ਬੜੀ ਹੀ ਖੂਬਸੂਰਤੀ ਦੇ ਨਾਲ ਦਰਸਾਉਣ ਦਾ ਯਤਨ ਕੀਤਾ ਹੈ ਕਿਉਂ ਮਨੋਖ ਦੇ ਸਰੀਰ ਦਾ ਚਿੱਤਰ ਹੈ ਜਿਸ ਤੋਂ ਉਸ ਦੇ ਸਰੀਰ ਦੀ ਸੁੰਦਰਤਾ ਤੇ ਇੱਕ ਰੂਪਤਾ ਨੂੰ ਪਛਾਣਿਆ ਜਾਂਦਾ ਹੈ ਬੋਲੀ ਮਨੋਖ ਦੀ ਆਤਮਾ ਦਾ ਚਿੱਤਰ ਹੈ ਜਿਸ ਤੋਂ ਉਸਦੀ ਆਤਮਾ ਦਾ ਵਧੀਆ ਜਾਂ ਘਟਿਆ ਹੋਣਾ ਦਿਸ ਪੈਂਦਾ ਹੈ ਪਾ ਕਿ ਉਸਦੀ ਅੰਦਰਲੀ ਰੰਗਤ ਹੈ ਅੰਨੇ ਆਮ ਕਰਕੇ ਸਿਆਣੇ ਤੇ ਦਿਲਚਸਪ ਹੁੰਦੇ ਨੇ ਕਿਉਂਕਿ ਉਹਨਾਂ ਕੋਲੇ ਰੱਬੀ ਸੁਗਾਤ ਜੋ ਬੋਲੀ ਹੈ ਉਹ ਹੁੰਦੀ ਹੈ ਜਿਸ ਕਰਕੇ ਉਹ ਦੂਸਰਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਪਰ ਜਿਹੜੇ ਗੋਂਗੇ ਨੇ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੋਏਗਾ ਜੋ ਦੂਸਰਿਆਂ ਨੂੰ ਪ੍ਰਭਾਵਿਤ ਕਰ ਸਕਦਾ ਉਹਨਾਂ ਕੋਲੇ ਜੋ ਸੁਗਾਤ ਰੱਬੀ ਸੁਗਾਤ ਆ ਰੱਬੀ ਅਸੀਸ ਆ ਉਹ ਬੋਲੀ ਨਹੀਂ ਜਿਸ ਕਰਕੇ ਉਹ ਇਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੇਗੇ ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖ ਦੀ ਅਮੀਰੀ ਦਾ ਮੀਚਾ ਲੈ ਸਕਦੇ ਆ ਬੋਲੀ ਹੀ ਦੱਸਦੀ ਆ ਕਿ ਬੋਲਣ ਵਾਲੇ ਨੇ ਕੀ ਕੁਝ ਆਪਣਾ ਬਣਾਇਆ ਤੇ ਕਿਸੇ ਬੋਲਣ ਵਾਲੇ ਦੇ ਅੰਦਰ ਬਹੁਤ ਖੋਜ ਆ ਕਿਉਂਕਿ ਜਦੋਂ ਉਹ ਬੋਲਦਾ ਆਪਣੀ ਬੋਲੀ ਦੇ ਜ਼ਰੀਏ ਆਪਣੇ ਲਫ਼ਜ਼ਾਂ ਦੇ ਜ਼ਰੀਏ ਸਰੋਤਿਆਂ ਨੂੰ ਐਨਾ ਜ਼ਿਆਦਾ ਪ੍ਰਭਾਵਿਤ ਕਰਦਾ ਕਿ ਸੁਣਨ ਵਾਲੇ ਉਸ ਨੂੰ ਪਿਆਰ ਦਿੰਦੇ ਨੇ ਤੇ ਆਪਣੀ ਜਾਣ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਨੇ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਆਉਂਦੀ ਆ ਸ਼ਬਦ ਆਉਂਦੀ ਆ ਜ਼ਿੰਦਗੀ ਦੀ ਅਮੀਰੀ ਕੀ ਹੈ ਕਿ ਉਸ ਦੀ ਬੋਲੀ ਬੋਲੀ ਦੇ ਵਿੱਚੋਂ ਲਫ਼ਜ਼ ਆਉਂਦੀ ਆ ਹਰ ਇੱਕ ਲਫ਼ਜ਼ ਕਿਸੇ ਤਜਰਬੇ ਦਾ ਹਿੱਸਾ ਤੇ ਹਰ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾਗਾ ਕਿਉਂਕਿ ਤਜਰਬਾ ਇਸ ਦੌਲਤ ਦਾ ਖਜ਼ਾਨਾ ਕਿਸੌਲਾ ਦਾ ਜੋ ਬੋਲੀ ਰੁਪਈਆ ਢੀ ਦੌਲਤ ਆ ਇਸਾ ਖਜ਼ਾਨਾ ਸ਼ਾਬਦ ਇਸ ਦੇ ਸਿੱਕੇ ਤੇ ਨੋਟ ਨੇ ਜਿਸ ਨੂੰ ਕਿ ਅਸੀਂ ਹਰ ਰੋਜ਼ ਜੋ ਜ਼ਿੰਦਗੀ ਦੀ ਮੰਡੀ ਐ ਜੋ ਜ਼ਿੰਦਗੀ ਦੀ ਬਾਜ਼ਾਰ ਆ ਪਾਵ ਕੇ ਜੋ ਸਾਡਾ ਸਮਾਜਿਕ ਕਲਾਦਵਾਲਾ ਉਸ ਦੇ ਵਿੱਚ ਅਸੀਂ ਇਸ ਨੂੰ ਚਲਾਉਂਦੇ ਆ ਜੇ ਬੋਲੀ ਨਹੀਂ ਤਾਂ ਬੋਲੀ ਤੋਂ ਬਿਨਾ ਇਹ ਦੌਲਤ ਜਿਹੜੀ ਆ ਉਹ ਵਰਤੀ ਨਹੀਂ ਜਾ ਸਕਦੀ ਇਸ ਤਰ੍ਹਾਂ ਕੀ ਆ ਕਿ ਜ਼ਿੰਦਗੀ ਦੇ ਵਿੱਚ ਤਜਰਬਾ ਤੇ ਅਕਲ ਦੋਵੇਂ ਹੀ ਬੋਲੀ ਦੇ ਰਾਹੀਂ ਹੀ ਵਰਤੋਂ ਵਿੱਚ ਆਉਂਦੇ ਨੇ ਬੋਲੀ ਦਾ ਖਜ਼ਾਨਾ ਬਚਪਨ ਦੇ ਚੁਗਿਰਦੇ ਵਿੱਚੋਂ ਹੀ ਜੋੜਨਾ ਸ਼ੁਰੂ ਹੁੰਦਾ ਬਚਪਨ ਵਿੱਚ ਜੋ ਮੰਦੀ ਉੱਪਰ ਲਾਫਤ ਸ਼ਾਬਾ ਜਿਹੜੇ ਨੇਗੇ ਕੁਕਰੇ ਜਾਂਦੇ ਨੇ ਚਿੱtre ਜਾਂਦੇ ਨੇ ਉਹ ਸਾਨੂੰ ਕਦੇ ਵੀ ਨਹੀਂ ਪੁੱਲਦੇ ਤੇ ਉਹ ਮੋਹਰ ਵਰਗਾ ਕੰਮ ਦਿੰਦੇ ਨੇ ਮੋਹਰ ਜਿਸ ਦਾ ਸੋਨੇ ਦਾ ਕੋਈ ਪੁਰਾਣਾ ਸਿੱਕਾ ਹੁੰਦਾ ਹੈ ਅਸ਼ਰਫੀ ਹੁੰਦੀ ਹੈ ਜਿਸ ਨੂੰ ਅਸੀਂ ਚਲਾਉਨੇ ਆ ਤੇ ਬਹੁਤ ਕੁਝ ਪ੍ਰਾਪਤ ਕਰ ਲੈਨੇ ਆ ਇਸੇ ਤਰ੍ਹਾਂ ਜਿਹੜੇ ਨੇਗੇ ਇਹ ਲਾਫਤ ਵੀ ਸਾਡੇ ਲਈ ਮੋਹਰ ਵਰਗਾ ਕੰਮ ਦਿੰਦੇ ਨੇ ਇਹ ਇੱਕ ਮੋਹਰ ਨੂੰ ਅਸੀਂ ਹਜ਼ਾਰਾਂ ਨਿੱਕੇ ਸਿੱਖਿਆਂ ਵਿੱਚ ਵਟਾਉਂਦੇ ਆ ਇਹਨਾਂ ਲਫ਼ਜ਼ਾਂ ਨੂੰ ਹਜ਼ਾਰਾਂ ਛੋਟੇ ਵੱਡੇ ਜੋ ਸ਼ਬਦ ਨੇ ਉਹਨਾਂ ਦੇ ਵਿੱਚ ਅਸੀਂ ਵਟਾਉਂਦੇ ਆਂ ਤੇ ਆਪਣੇ ਖਜ਼ਾਨੇ ਨੂੰ ਭਰ ਲੈਨੇ ਆਂ ਭਾਵੇਂ ਕਿ ਹੋਰ ਸ਼ਬਦਾਂ ਨੂੰ ਵੀ ਅਸੀਂ ਇਕੱਠਾ ਕਰ ਲੈਨੇ ਆਂ ਇਸ ਲਈ ਜਿੱਥੇ ਸਾਡਾ ਬਚਪਨ ਬੀਤਦਾ ਉਹ ਥਾਂ ਸਾਡੇ ਲਈ ਮੋਹਰਾਂ ਦੀ ਖਾਨ ਹੁੰਦੀ ਹੈ ਮੋਹਰਾਂ ਦੀ ਖਾਨ ਖਾਨ ਦਾ ਪੰਡਾ ਜਿਹਦੇ ਵਿੱਚੋਂ ਕਿ ਕੋਈ ਜਿਵੇਂ ਤਾਂਬਾ ਸੋਨਾ ਇਹ ਪਿੱਤਲ ਜੋ ਵੀ ਹੈਗੇ ਨੇਗੇ ਜਿਹੜੀਆਂ ਤਾਤਾ ਨੇ ਉਹ ਕੱਢੀਆਂ ਜਾਂਦੀਆਂ ਨੇ ਇਸ ਤਰ੍ਹਾਂ ਜੋ ਬਚਪਨ ਬੀਤਣ ਵਾਲੀ ਜੋ ਜਗ੍ਹਾ ਉਹ ਸਾਡੇ ਲਈ ਮੋਹਰਾਂ ਦੀ ਖਾਨ ਆ ਸਾਡੀ ਅਮੀਰੀ ਵੀ ਉਸੇ ਤੇ ਨਿਰਪਰ ਕਰਦੀ ਆ ਕਿ ਅਸੀਂ ਬਚਪਨ ਦੇ ਵਿੱਚ ਕਿੰਨੀ ਵਧੀਆ ਬੋਲੀ ਕਿੰਨੇ ਵਧੀਆ ਲਫ਼ਜ਼ ਜਿਹੜੇ ਨੇ ਉਹ ਸਿੱਖੇ ਹੋਏ ਨੇਗੇ ਇਸੇ ਤੇ ਨਿਰਪਰ ਕਰਦੀ ਆ ਇਸ ਕਰਕੇ ਬੱਚਿਆਂ ਦੀ ਦੁਨੀਆ ਵਿੱਚ ਵੀ ਅਮੀਰੀ ਦਾ ਵਾਤਾਵਰਣ ਕਰਦੇ ਰਹਿਣਾ ਚਾਹੀਦਾ ਤਾਂ ਇਹ ਕਿਹਦਾ ਫਰਜ਼ ਆ ਇਹ ਸਭ ਤੋਂ ਪਹਿਲਾ ਫਰਜ਼ ਜਿਹੜਾ ਦਾ ਵੱਡਿਆਂ ਦਾ ਹੈ ਕਿ ਬੱਚਿਆਂ ਦੀ ਅਮੀਰੀ ਦੇ ਵਿੱਚ ਇਹ ਲਫ਼ਜ਼ਾਂ ਰੂਪੀ ਇਹ ਬੋਲੀ ਰੂਪੀ ਅਮੀਰੀ ਦੇ ਵਿੱਚ ਜਿਹੜਾ ਵਾਤਾਵਰਣ ਕਰਨਾ ਚਾਹੀਦਾ ਦਾ ਭਰਪੂਰ ਖਾਨ ਦੇ ਵਿੱਚੋਂ ਸਿਆਣੀ ਪੁਟਾਈ ਹੀ ਦੌਲਤ ਪੱਟ ਸਕਦੀ ਹੈ ਪਾਲਕੇ ਜਿੱਥੇ ਲਫਜਾਂ ਦੀ ਭਰਪੂਰ ਖਾਣਾ ਤੇ ਉਹਦੇ ਵਿੱਚੋਂ ਇੱਕ ਸਿਆਣਾ ਵਿਅਕਤੀ ਹੀ ਇਸ ਤੌਲਤ ਨੂੰ ਪਾਉ ਸਿਆਣਾ ਵਿਅਕਤੀ ਇਹਨਾਂ ਲਫਜਾਂ ਨੂੰ ਇਕੱਠੇ ਕਰ ਸਕਦਾ ਹੈ ਕਿਉਂਕਿ ਖਾਣਾ ਦੇ ਵਿੱਚੋਂ ਸਾਰਾ ਸੋਨਾ ਨਹੀਂ ਨਿਕਲਦਾ ਸੋਹਣ ਦੇ ਜੋ ਕਿਣਕੇ ਨੇ ਸੋਹਣੇ ਦੇ ਕਿਣਕੇ ਲੱਭਣੇ ਪੈਂਦੇ ਨੇ ਤੇ ਫਿਰ ਸਾਹਮਣੇ ਪੈਂਦੇ ਨੇ ਇਸ ਤਰ੍ਹਾਂ ਸਾਡੀ ਪੁਟਾਈ ਤੇ ਲੱਭਤਾਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ ਬੋਲੀ ਦੇ ਜਿਹੜੀ ਅਸੀਂ ਉਹਨਾਂ ਸ਼ਬਦਾਂ ਨੂੰ ਚੁੰਦੇ ਆ ਇਕੱਠੇ ਕਰਦੇ ਆ ਜਿੰਨੇ ਬਹੁਤੀ ਸਾਡੀ ਪਟਾਈ ਤੇ ਜਿੰਨੇ ਬਹੁਤੀ ਸਾਡੀ ਲਬਤ ਉਹਨੇ ਹੀ ਬਹੁਤੀ ਅਮੀਰ ਸਾਡੀ ਬੋਲੀ ਹੁੰਦੀ ਜਾਂਦੀ ਕਿਉਂਕਿ ਜਿੰਨੇ ਅਸੀਂ ਵਧੀਆ ਸ਼ਬਦ ਨੇ ਲੱਭਦੇ ਜਾਵਾਂਗੇ ਉਹਨਾਂ ਨੂੰ ਇਕੱਠੇ ਕਰਦੇ ਜਾਵਾਂਗੇ ਤਾਂ ਸਾਡੀ ਬੋਲੀ ਵੀ ਉਨੀ ਵਧੀਆ ਜਿਹੜੀ ਆ ਅਮੀਰ ਹੁੰਦੀ ਜਾਵੇਗੀ ਸਾਡੀ ਬੋਲੀ ਉਹ ਆ ਜਿਹੜੀ ਅਸੀਂ ਆਪਣੇ ਬਚਪਨ ਦੇ ਵਿੱਚ ਆਪਣੀ ਮਾਂ ਦੇ ਕੋਲੋਂ ਸਿੱਖੀ ਹੈ ਕਹਿੰਦੇ ਨੇ ਕਿ ਉਹ ਲੋਕ ਬਾਦ ਕਿਸਮਤ ਨੇ ਜਿਨ੍ਹਾਂ ਨੂੰ ਵੱਡੇ ਹੋ ਕੇ ਜੋ ਬਚਪਨ ਵਿੱਚ ਸਿੱਖੀ ਹੋਈ ਬੋਲੀ ਆ ਉਹਦੇ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਆ ਸਿਰ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੇ ਅੰਦਰਲੀ ਦੌਲਤ ਨੂੰ ਅਖੀਰਲੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵਾਰ ਸਕਦਾ ਕੇ ਬੋਲੀ ਜੋ ਸਿੱਖੀ ਹੋਈ ਆ ਉਸ ਬੋਲੀ ਦੀ ਮੋਹਰ ਲਾ ਕੇ ਜਿਹੜਿਆ ਕਿ ਆਪਣੇ ਅੰਦਰਲੀ ਦੌਲਤ ਨੂੰ ਜੋ ਆਪਣੇ ਅੰਦਰ ਮਿਠਾਸ ਆ ਨਿਮਰਤਾ ਆ ਜੋ ਆਪਣੇ ਅੰਦਰਲੀ ਦੌਲਤ ਆ ਬੋਲੀ ਦੀ ਉਹਦੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵਧ ਸਕਦਾ ਤਜਰਬਾ ਸਾਡੀ ਦੌਲਤ ਆ ਬਚਪਨ ਦੇ ਸਮੇਂ ਵਿੱਚ ਜਿਹੜੀ ਕਿ ਬੋਲੀ ਦੇ ਚਿੰਨਾ ਵਿੱਚ ਸਾਂਭੀ ਜਾਂਦੀ ਆ ਉਸੇ ਵਿੱਚ ਹੀ ਅਸੀਂ ਉਹਨੂੰ ਵਰਤਦੇ ਆ ਤੇ ਇਸ ਤਰ੍ਹਾਂ ਤੇ ਚਾਰ ਫਾਈਸ ਡਾਲਰ ਦਾ ਖਜ਼ਾਨਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਕੀ ਆ ਕਿ ਸਾਨੂੰ ਤਜਰਬੇ ਦੇ ਮੌਕਿਆਂ ਵਿੱਚ ਵਾਧਾ ਕਰਨਾ ਚਾਹੀਦਾ ਤਾਂ ਪੜ੍ਹਾਈ ਕੋਈ ਆਪਣੇ ਆ ਵਿੱਚ ਵੱਡਾ ਤਜਰਬਾ ਨਹੀਂ ਜਿਵੇਂ ਵੇਖਣਾ ਹੈ ਖੇਡਣਾ ਹੈ ਮਿਲਣਾ ਪਿਆਰਨਾ ਜੋੜਨਾ ਤੋਲਣਾ ਆਦਿ ਸਾਰੇ ਤਜਰਬੇ ਨੇ ਸਾਡੀ ਜੋ ਸਖਸ਼ੀਅਤ ਆ ਉਸਨੂੰ ਅਮੀਰ ਬਣਾ ਦਿੰਦੇ ਨੇ ਤਜਰਬੇ ਤੇ ਸਾਡੀ ਬੋਲੀ ਨੂੰ ਲਿਸ਼ਕਾ ਦਿੰਦੇ ਨੇ ਬਚਪਨ ਦਾ ਜੋ ਸਮਾਂ ਉਹ ਜਵਾਨੀ ਤੇ ਬੁਢਾਪੇ ਦੇ ਨਾਲੋਂ ਕਈ ਗੁਣਾ ਕੀਮਤੀ ਹੁੰਦਾ ਹੈ ਇਸ ਵਿੱਚ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਪਣਾ ਕੇ ਭਾਵ ਜਿਨ੍ਹਾਂ ਨੂੰ ਵਰਤ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਸਮਾਂ ਲਿਗਾ ਸੌਖਾ ਸਮਾਂ ਭਾਵ ਕੇ ਔਖਾ ਸੌਖਾ ਸਮਾਂ ਜਿਹੜਾ ਨੇ ਉਹ ਲਗਾ ਦਿੰਦੇ ਨੇ ਲਾਭਜ ਸੋਹਣੇ ਦਾ ਨਿੱਕਾ ਜਿਹਾ ਤਣਕਾ ਹੁੰਦਾ ਹੈ ਜਿਸ ਦੀ ਬਨਾਵਟ ਜਿਹੜੀ ਆ ਉਹ ਗਹਿਣੇ ਦੀ ਕਢਾਈ ਦੇ ਵਾਂਗ ਉਸ ਦੀ ਅਸਲੀਅਤ ਨੂੰ ਅੱਗੇ ਜਾਂ ਪਿੱਛੇ ਪਾਉਂਦੀ ਹੈ ਜਿਸ ਤਰ੍ਹਾਂ ਜੇਕਰ ਉਸੇ ਸੁੰਦਰ ਸ਼ਬਦ ਨੇ ਲਾਭਜ ਨੇ ਮਿਠਾਸ ਭਰੇ ਨੇ ਨਿਮਰਤਾ ਵਾਲੇ ਨੇ ਤਾਂ ਜਿਹੜੇ ਨੇ ਉਸ ਦੀ ਅਸਲੀਅਤ ਨੂੰ ਚਮਕਾ ਦਿੰਦੇ ਨੇ ਜੇਕਰ ਰੁੱਖਾਪਾਣਾ ਦੇ ਵਿੱਚ ਕ੍ਰੂਪਤਾਪਨ ਭਰੇ ਸ਼ਬਦ ਨੇ ਤਾਂ ਉਸ ਦੀ ਅਸਲੀਅਤ ਪਿੱਛੇ ਚਲੀ ਜਾਂਦੀ ਹੈ ਤਾਂ ਕਈਆਂ ਦੇ ਲਫ਼ਜ਼ ਇਹੋ ਜਿਹੇ ਕ੍ਰੂਪਤਾ ਭਰੇ ਹੁੰਦੇ ਨੇ ਜੋ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਹ ਇੱਕ ਚਾਲੂ ਸਿੱਕੇ ਵਾਂਗ ਤਰੰਤ ਤੌਰ ਤੇ ਚੋਣ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਕਰ ਸਕੂਗੀ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ ਬਲਕਿ ਜ਼ਿੰਦਗੀ ਦੇ ਹੁਸਨਾ ਤੇ ਸਵਾਦਾਂ ਦਾ ਜਾਦੂ ਆ। ਇਹ ਸਾਡੇ ਆਣ ਹੋਏ ਸੁਪਨਿਆਂ ਨੂੰ ਵੀ ਚਿੱਤਰ ਕੇ ਅਸਲੀਅਤ ਰੂਪ ਦੇ ਦਿੰਦੀ ਹੈ। ਤੇ ਇਹ ਸਾਡੇ ਤੇ ਸਾਡੇ ਪ੍ਰੇਤਾਂ ਵਿਚਲੀ ਜੋ ਰੇਸ਼ਮੀ ਲੜੀ ਹੈ ਤੇ ਸਾਡੀਆਂ ਇਸ਼ਾਵਾਂ ਨੇਗੀਆਂ ਵਫਾਵਾਂ ਨੇ ਦੋਸਤੀਆਂ ਇਹਨਾਂ ਦੀ ਸਭ ਸਾਥੀ ਹੈਗੀਆਂ ਕਹਿੰਦੇ ਆ ਕਿ ਕੋਈ ਵੀ ਬੋਲੀ ਬਾਰੇ ਅੰਗੈਲੀ ਨਾ ਕਰੇ ਕਿਉਂਕਿ ਬੋਲੀ ਜਿਹੜੀ ਆ ਉਹ ਸਾਡੀ ਮਹਿੰਗੀ ਵਿਰਾਸਤ ਹੈ ਇਹ ਅਸੀਂ ਕਹਿੰਦੇ ਨੇ ਕਿ ਕਿ ਤੁਸੀਂ ਕਿੱਥੋਂ ਸਿੱਖ ਸਕਦੇ ਆ ਅਸੀਂ ਤੇ ਤੁਸੀਂ ਮਾਪਿਆਂ ਉਸਤਾਦਾਂ ਮਹਿਮਾਨਾਂ ਗਵਾਲਿਆਂ ਚਰਵਾਆਂ ਤੇ ਪੈਣ-ਪੈਣ ਪ੍ਰਕਾਰ ਦਾ ਜੋ ਸਮਾਨ ਵੇਚਣ ਵਾਲੇ ਨੇ ਉਹਨਾਂ ਤੋਂ ਸ਼ਬਦ ਸਿੱਖਣੇ ਚਾਹੀਦੇ ਨੇ ਤੇ ਉਹਨਾਂ ਸ਼ਬਦਾਂ ਨੂੰ ਸੰਭਾਲਣਾ ਚਾਹੀਦਾ ਹੈ। ਲਫ਼ਜ਼ ਆਪਣੇ ਆਪ ਵਿੱਚ ਦੌਲਤ ਨਹੀਂ। ਇਹ ਦੌਲਤ ਜਿਹੜੀ ਹੈ ਉਹ ਦਿਲ ਦੀਆਂ ਮੋਹਾਂ ਨੇ। ਜੇਕਰ ਦਿਲ ਦੇ ਵਿੱਚ ਦੋਸਤੀਆਂ ਨੇ, ਪਿਆਰ ਆ, ਕੁਰਬਾਨੀਆਂ ਨੇ, ਗੀਤ, ਕਹਾਣੀਆਂ, ਹੰਝੂ, ਹਾਸੇ ਇਹਨਾਂ ਦੀ ਜੋ ਦੌਲਤ ਅਮੋਕਾ ਤਾਂ ਕੋਈ ਵੀ ਜੱਫੀਆਂ ਪਾਉਂਦੀ ਜੋ ਲਫ਼ਜ਼ ਨੇ ਦੀ ਸ਼ਾਂ ਸ਼ਾਂ ਤੋਂ ਕੁਰਬਾਨ ਹੋਣ ਨਹੀਂ ਰਹਿ ਸਕਦੇ ਪਾਉ ਕਿਹਾ ਕਿ ਜੋ ਕੁਦਰਤ ਦੀਆਂ ਸ਼ੋਹਾਂ ਦੀ ਦੌਲਤ ਆ ਤਾਂ ਮਨੁੱਖੀ ਕੋਖ ਦੇ ਵਿੱਚ ਕਿਹੜਾ ਜੰਮਿਆ ਜਿਹੜਾ ਜਫੀਆਂ ਪਾਉਂਦੇ ਲਫਜਾਂ ਦੀ ਸ਼ਾਂ ਸ਼ਾਂ ਤੋਂ ਕੁਰਬਾਨ ਨਾ ਹੋ ਸਕੇ ਇਸ ਤਰ੍ਹਾਂ ਕਿਹਾ ਕਿ ਬੱਚਿਓ ਸਾਰਿਆਂ ਨੂੰ ਆਪਣੀ ਬੋਲੀ ਪਾਉ ਕਿ ਪਹਿਲਾਂ ਤਾਂ ਐ ਕਿ ਵੱਡਿਆਂ ਦਾ ਫਰਜ ਆ ਕਿ ਬਚਪਨ ਦੇ ਵਿੱਚ ਬੋਲੀ ਪਰ ਹੁਣ ਵੀ ਜਿਹੜਾ ਹੈਗਾ ਸਾਨੂੰ ਆਪਣੀ ਬੋਲੀ ਵੱਲ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਹੈਗਾ ਕਿ ਇਸ ਬੋਲੀ ਦੇ ਵਿੱਚ ਜਿਹੜੀ ਹੈ ਮਠਾਸ ਨਿਮਰਤਾ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ ਅਮੀਰਾ ਕਿ ਤੁਹਾਨੂੰ ਜਿਹੜਾ ਹੈਗਾ ਬੋਲੀ ਲੇਖ ਬਾਰੇ ਸਮਝ ਲੱਗੀ ਹੋਵੇਗੀ ਥੈਂਕ ਯੂ ਬੇਬੀ